ਸਤਿ ਸ਼੍ਰੀ ਅਕਾਲ ਜੀ ਕ੍ਰਿਸ਼ਨ ਕੁਮਾਰ ਸੈਣੀ ਚੇਅਰਮੈਨ ਭਾਈ ਕਨੇਜੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਮੋਹਾਲੀ ਅਸੀਂ 2015 ਦੇ ਵਿੱਚ ਭਾਈ ਕਨੇਜੀਆ ਜੀ ਦੇ ਨਾਂ 'ਤੇ ਸੁਸਾਇਟੀ ਬਣਾਈ ਸੀ ਅਸੀਂ ਮੋਹਾਲੀ ਦੇ ਵਿੱਚ ਪਿੰਡ ਸੁਹਾਣੇ ਦੇ ਵਿੱਚ ਮੌਲੀ ਬੈਦਵਾਨ ਅਤੇ ਮਟੌਰ ਦੇ ਵਿੱਚ ਅਸੀਂ ਕੰਪਿਊਟਰ ਸੈਂਟਰ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਸੈਂਟਰ ਜਿਹੜੇ ਆ ਲੜਕੀਆਂ ਵਾਸਤੇ ਚਲਾ ਰਹੇ ਹਾਂ ਇਹ ਟੋਟਲੀ ਫ੍ਰੀ ਹੈ 6-6 ਮਹੀਨੇ ਦੇ ਕੋਰਸ ਹੈ ਉਸ ਤੋਂ ਬਾਅਦ ਜੋ ਵੀ ਬੱਚਾ ਪਾਸ ਹੁੰਦਾ ਸਿਲਾਈ ਵਾਲਿਆਂ ਨੂੰ ਅਸੀਂ ਇੱਕ ਮਸ਼ੀਨ ਦਿੰਦੇ ਹਾਂ ਬਾਕੀ ਬੱਚਿਆਂ ਨੂੰ ISO ਸਰਟੀਫਿਕੇਟ ਦਿੰਦੇ ਹਾਂ ਤਾਂ ਕਿ ਬੱਚਾ ਜਿਹੜਾ ਆਪਣਾ ਅੱਗੇ ਰੁਜ਼ਗਾਰ ਕਰਨਾ ਸਰਵਿਸ ਕਰਨੀ ਉਹ ਕਰ ਸਕੇ ਅੱਜ ਇੰਡੀਅਨ ਕ੍ਰੀਏਟਿਵ ਯੂਨਿਟੀ ਵੱਲੋਂ ਜਿਹੜੇ ਰਿਪ੍ਰਜੈਂਟੇਟਿਵ ਡਾਕਟਰ ਬਲਜਿੰਦਰ ਸਿੰਘ ਦੀ ਟੀਮ ਆਈ ਹੈ ਅਤੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਜਿਹੜਾ ਆਰਟ ਜਿਹੜਾ ਹੈ ਉਹ ਅੱਜ ਪਹਿਲੇ ਦਿਨ ਸ਼ੋਅ ਕੀਤਾ ਸਾਡੇ ਬੱਚੇ ਜਿਹੜੇ ਹੈ ਬੜੇ ਇੰਟਰਸਟ ਨਾਲ ਲੈ ਰਹੇ ਆ ਇਸ ਤੋਂ ਬਾਅਦ ਅਗਰ ਬੱਚੇ ਜਿਹੜੇ ਇੰਟਰਸਟ ਹੋਏਗਾ ਉਹ ਇਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਉਹਨਾਂ ਨੂੰ ਅੱਗੇ ਔਨਲਾਈਨ ਟ੍ਰੇਨਿੰਗ ਦੇਵਾਂਗੇ ਇਸ ਦੇ ਨਾਲ ਸਰਟੀਫਿਕੇਟ ਔਰ ਜਿਹੜੇ ਬੱਚੇ ਅੱਛੇ ਹੋਣਗੇ ਉਹਨਾਂ ਨੂੰ ਕੋਈ ਨਾ ਕੋਈ ਕਮਾਈ ਦਾ ਸਾਧਨ ਵਾਸਤੇ ਵੀ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਵਾਸਤੇ